ਕਮੀ ਹੋ ਗਈ ਕੌਣ ਸਭ ਤੋਂ ਇਸ ਸੰਬੰਧ ਦੇ ਵਿੱਚ ਜਿਹੜਾ ਹੈਗਾ ਸੂਰਿਆ ਇਨਕਲੇਵ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਹੈਗਾ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਰੀਬ 9:30 ਵਜੇ ਜਿਹੜੀ ਸਾਡੇ ਕੋਲੇ ਇਨਫੋਰਮੇਸ਼ਨ ਆਈ ਸੀਗੀ ਕਿ ਗੁਰੂ ਨਾਨਕਪੁਰੇ ਜਿਹੜੀਆਂ ਗੋਲੀ ਚੱਲੀ ਆ ਉਹਦੇ ਨਾਲ ਜਿਹੜਾ ਇੱਕ ਵਿਅਕਤੀ ਰਵਿੰਦਰ ਸਿੰਘ ਏਲੀਅਸ ਸੋਨੂ ਨਾਂ ਦਾ ਵਿਅਕਤੀ ਜ਼ਖਮੀ ਹੋਇਆ ਉਹ ਜਿਹੜਾ ਉਹਨੂੰ ਆਕਸਫੋਰਡ ਹਸਪੀਟਲ ਦੇ ਵਿੱਚ ਲੈ ਕੇ ਗਏ ਉਹਦੇ ਵਿੱਚ ਇੱਕ ਲੇਡੀ ਜ਼ਖਮੀ ਹੋਈ ਸੀਗੀ ਜਿਹਦਾ ਨਾਂ ਕਰਜੀਤ ਕੌਰ ਹੈਗਾ ਤੇ ਸਾਡੀ ਇਮੀਡੀਏਟਲੀ ਜਿਹੜੀ ਪੁਲਿਸ ਸੀਗੀ ਉਹ 9:30 ਵਜੇ ਜਿਹੜੀ ਮੌਕੇ ਤੇ ਸਪੋਟ ਤੇ ਪਹੁੰਚ ਗਈ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਸਾਰਾ ਬੂਆ ਦੇਖਿਆ ਸਾਡੇ ACP SPCT1 ਉਹ ਵੀ ਜਿਹੜੇ ਉੱਥੇ ਮੌਕੇ ਤੇ ਪਹੁੰਚ ਕੇ ਇਸੇ ਦੌਰਾਨ ਹੀ ਜਿਹੜਾ ਹੈਗਾ ਉਹ ਅਸੀਂ ਜਿਹੜਾ ਪਰਚਾ ਦਰਜ ਕਰਕੇ ਉਹਦੀ ਜਿਹੜੀ ਤਫਤੀਸ਼ ਕਰਨੀ ਸ਼ੁਰੂ ਕੀਤੀ ਦੌਰਾਨੇ ਤਫਤੀਸ਼ ਅਸੀਂ ਜਿਹੜਾ ਹੈਗਾ ਦੋਸ਼ੀ ਗੁਰਮੀਤ ਸਿੰਘ ਔਜਲਾ ਦੇ ਕੋਲੋਂ ਅਸੀਂ ਜਿਹੜਾ ਵੈਪਨ ਯੂਜ਼ ਕੀਤਾ ਸੀਗਾ ਅਸੀਂ ਉਹਨਾਂ ਦੇ ਘਰੋਂ ਰਿਕਵਰ ਕਰ ਲਿਆ ਹੈਗਾ ਔਰ ਜਿਹੜਾ ਦੋਸ਼ੀ ਹੈਗਾ ਉਹ ਸੱਟਾਂ ਲੱਗਣ ਦੇ ਕਾਰਨ ਜੌਲ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਜਿਹੜਾ ਸਾਡੇ ਜਿਹੜਾ ਅੰਡਰ ਆਬਜ਼ਰਵੇਸ਼ਨ ਹੈਗਾ ਜਦੋਂ ਦੋਸ਼ੀ ਉੱਥੋਂ ਰਿਲੀਜ਼ ਕੀਤਾ ਜਾਊਗਾ ਜਾਂ ਡਿਸਚਾਰਜ ਕੀਤਾ ਜਾਊਗਾ ਉਸਦੇ ਬਾਅਦ ਜਿਹੜਾ ਹੈਗਾ ਅਸੀਂ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਸਰ ਸੀਸੀਟੀਵੀ ਵਾਇਰਲ ਵੀ